ताई ये तो गल हो गई कल दी पूतनी सेवा जद एक कल दी चंबली फिरदी है पुट खा के मन्नू मेथों एक मिनट ले मेरी गीजी ते कढ़ ला सीधे मुंह बोल लिया कर बकवास करी जाना है मेरे ना ता इन्ना लड़दे हो ओथे भौंकिया करो जाके ते घुग्गू बन जाने दोनों जने आवन पुत हां जसवंत कौर मैं दस दी सी कहंदी बरनाड़े का फिजियोथेरेपी वाला दा सेंटर खुल्लिया होया है कहंदी तेरे बरा नु ओथे ले जाए ठीक हो जाऊ पुत उना कोले बलाई बढ़िया मशीना ने मां हूं ता देख मामे नु बहुत फर्क है पर जे तेरा दिल नहीं खड़दा आपा कोई नहीं ओथे भी जा आवांगे पहला नु ता बहुत फर्क पै गया दे मामा पहला नु समझाण लाग गई मामे जी चल पुत दिखाउण दा कोई डर ता नहीं हो कहंदी 5-10 दिन लेके जाना पऊ कहंदी इहदे हाथ पैर सारे चलण लग जाणगे कोई गल नहीं फिर आपा भाग जांगे हरजीत नु कह दांगे 5-4 दिन लै जूगा गड्डी गड्डी घरे खड़ी है कोई नहीं होणी हां चल होर की अपनी खिच लई है पुत जुड़ूगा ਉਹ ਚਾਹ ਤੂੰ ਨਾ ਬੋਲ ਹਰਜੀਤ ਬਾਈ ਕੀ ਪਤਾ ਭਾਬੀ ਦੇ ਦਿਮਾਗ ਨੂੰ ਕੀ ਹੋਇਆਗਾ ਸਾਰਾ ਗੁੱਸਾ ਹੁੰਦਿਆ ਸੁੰਦਿਆ ਵੀ ਐਵੇਂ ਚਾਂਬਲੀ ਪਈ ਹੈਗੀ ਚਾਂਬਲ ਪੌਦਾ ਕਹਿੰਦੇ ਹੁੰਦੇ ਆ ਕੋਈ ਇਲਾਜ ਨਹੀਂ ਹੈਗਾ ਭੈਣੇ ਮੈਂ ਕੋ ਚਾਹ ਨੂੰ ਬੋਲਦਾ ਕਿ ਜੋ ਸੁਣੂ ਪੁੱਠੇ ਦਾ ਬੋਲਦੇ ਫਿਰ ਮੈਥੋਂ ਨਹੀਂ ਜਰਿਆ ਜਾਂਦਾ ਉਹ ਤਾਂ ਐ ਕਹਿੰਦੀ ਆ ਉਹਨੂੰ ਇਹ ਘਰੇ ਜਾਣੋ ਹਟ ਜਾ ਫਿਰ ਮੈਂ ਕਿਵੇਂ ਜਾਵਾਂ ਹਟੂ ਉਹ ਤਾਂ ਨਾ ਉਹੀ ਨੱਕ ਤੇ ਮੱਖੀ ਨਹੀਂ ਬੈਠਦੀ ਨਾਲੇ ਗੱਲ ਕੀ ਹੋਈ ਸੀ ਗਲਤੀ ਵੀ ਪੁੱਤ ਉਸੇ ਦੀ ਸੀਗੀ ਨਾਲੇ ਹਲੇ ਅਗਲੇ ਨੂੰ ਉੱਤੋਂ ਦੀ ਲੱਤ ਰੱਖਦੀ ਹੈਗੀ ਉਹ ਮੈਂ ਤਾਂ ਕੋਈ ਗੱਲ ਹੀ ਨਹੀਂ ਆਖੀ ਹਰਜੀਤ ਕੱਲ ਮੈਂ ਤਾਂ ਹੀ ਗਈ ਹਾਂ ਜਿਸ ਮਹਾ ਚੜ ਮੈਨੂੰ ਹਰਜੀਤ ਚੜਾਇਆ ਜਦੋਂ ਅੱਗੇ ਮੈਂ ਡੇਲੀ ਤੂੰ ਹੀ ਚੜਾ ਕੇ ਆਉਣਾ ਜਦੋਂ ਜੀ ਕਿਤੇ ਜਾਣਾ ਹੁੰਦਾਗਾ ਉਹ ਪਤਾ ਨਹੀਂ ਭਾਬੀ ਨੇ ਕੀ ਖਾਦਾ ਸੀ ਤੜਕੀ ਤੇ ਮੁੜ ਕੇ ਆ ਕੇ ਟੱਪਣ ਲੱਗ ਗਈ ਮੈਨੂੰ ਤਾਂ ਬਸ ਉਹਦਾ ਬਤੂ ਹੀ ਲੜਾਈ ਭਾਲਦੀ ਸੀ ਬਸ ਹੁਣ ਤਾਂ ਬਹਾਨਾ ਚਾਹੀਦਾ ਸੀ ਵੀ ਕਿਹੜੇ ਗੱਲ ਤੋਂ ਇਹਨਾਂ ਨੇ ਕਲੇਸ਼ ਪਾਵਾਂ ਪਾ ਲਿਆ ਨਾਲੇ ਇਹਦੇ ਨਾਲ ਪਾ ਕੇ ਕਲੇਸ਼ ਘੰਟੇ ਬਾਅਦ ਇੱਥੇ ਮਾਫੀਆਂ ਮੰਗਣ ਆ ਜੀ ਫਿਰ ਭੈਣੇ ਉਹੀ ਤਾਂ ਗੱਲ ਉਹਨੂੰ ਕੀ ਪਤਾ ਵੀ ਇਹਨੇ ਤਾਂ ਨਿੱਕੇ ਹੁੰਦੇ ਨੂੰ ਪਾਲਿਆਗਾ ਉਹਨੂੰ ਕੀ ਪਤਾਗਾ ਉਹ ਬਾਈ ਮੈਂ ਤਾਂ ਇਹ ਕਹਿਣੀ ਆ ਕੋਈ ਗੱਲ ਨਹੀਂ ਜੇ ਨਹੀਂ ਸਾਡੇ ਘਰੇ ਆਉਂਦੀ ਦੀ ਨਾ ਆਇਆ ਕਰ ਤੇ ਉਹਨੂੰ ਬਸ ਕਹਿ ਤੂੰ ਖੁਸ਼ ਹੋ ਜਾ ਨਾ ਆਪਦੇ ਘਰੇ ਕਲੇਸ਼ ਪਾ ਤੇਰੇ ਅੱਗੇ ਕੁਝ ਕਿਹਾ ਨੂੰ चाचे कोई गल कहनी अगला कहना लै हुण वी तुसीं समझाओगे मैनूं तुसीं मेरे प्यो होवोगे ओह आए ना बिजे ओही इन्हां ते रोग नहीं रखदा घरे तां ही ओह चंबल जणू आएगा भी बस हुण तां सारे घर दी मक्तियारी मेरे हत्थ च जिवें मैं कहूंगी ओवें होऊगा ताई मैं कुछ नहीं कहा सारी तन्ने पता वी कबीलदारी नूं समा छड्डी आगी पता नहीं मन च की हैगा जदों अज सुन इत्थे हटाउंदियां मैनूं कदों मैनूं फिर घरों भी कड्डू तां मेरी गल दिमाग भी ओहदा तां ही खराब होया जे सारी कबीलदारी ओहदे हत्थ च देती तुसीं चल कोई नहीं मां चुप कर जे हरजीत ਨਾਲੇ ਤੂੰ ਡਰਨਾ ਫੇਰ ਕੀ ਗੱਲ ਹੈ ਜੇ ਮਾਸੀ ਆ ਜੂ ਉਹ ਕਿਹੜਾ ਮੂੰਹ ਚ ਪਾੜੂਗੀ ਗੱਲ ਕਰ ਲਾਂਗੇ ਅਗਲੇ ਨਾਲ ਅਸੀਂ ਹੈਗੇ ਆਂਗੇ ਅਸੀਂ ਗਵਾਹੀ ਭਰਾਂਗੇ ਵੀ ਭਈ ਕੀ ਗੱਲ ਟਿਕ ਦੀ ਤਾਂ ਭਾਬੀ ਨਹੀਂ ਹੈਗੀ ਤੁਸੀਂ ਇਹਨੂੰ ਹੀ ਲੱਗ ਜਾਂਦੇ ਵਾ ਕੇ ਕਹਿਣਾ ਭੈਣੇ ਗੱਲ ਮੂੰਹ ਚ ਪਾਉਣ ਦੀ ਨਹੀਂ ਗੱਲ ਤਾਂ ਐ ਵੀ ਸਾਰੇ ਪਿੰਡ ਚ ਤਾਂ ਹੀ ਬੇਇੱਜ਼ਤੀ ਕਰਵਾ ਕੇ ਰੱਖਤੀ ਅੱਜ ਤੱਕ ਆਪਣਾ ਰੌਲਾ ਨਹੀਂ ਪਿਆ ਸੀ ਕਦੇ ਵੇ ਉਹ ਕਿਹੜਾ ਹੁਣ ਬੇਇੱਜ਼ਤੀ ਅੱਜ ਦੀ ਹੁੰਦੀ ਆ ਹੁਣ ਤਾਂ ਲੋਕਾਂ ਨੂੰ ਪਤਾ ਹੈਗਾ ਤਾਂ 10ਵੇਂ ਦਿਨ ਇਹੀ ਹਾਲ ਹੈ ਨਾਲੇ ਉਹਦੀ ਮਾਂ ਤੋਂ ਡਰਨ ਦੀ ਲੋੜ ਨਹੀਂ ਜੇ ਆ ਗਈ ਨਾ ਇੱਧਰ ਮੇਰੇ ਨਾਲ ਗੱਲ ਕਰਾ ਲਈ ਮੈਂ ਤਾਂ ਇਹੀ ਗੱਲ ਕਹਿਣਾ ਭੈਣੇ ਜਦ ਤੂੰ ਜਾ ਕੇ ਸਮਝਾ ਦੇ ਵੀ ਫੋਨ ਕਰਦੇ ਵੀ ਆਉਣ ਨਾ ਤੇ ਨਹੀਂ ਚੁੱਪ ਕਰਕੇ ਵੀ ਤੁਸੀਂ ਮੂਰੇ ਹੋ ਜਾਓ ਮੈਂ ਤਾਂ ਨਹੀਂ ਹੋਈਦਾ ਵੇ ਬਾਈ ਮੱਝ ਮੂਰੇ ਵੀਣ ਵਜਾਈ ਇੱਕ ਨਾ ਵਜਾਈ ਇੱਕ ਬਰਾਬਰ ਆ ਉਹਨੂੰ ਐ ਸਮਝਾਉਣ ਦਾ ਕੋਈ ਫਾਇਦਾ ਨਹੀਂ ਕੋਈ ਨਹੀਂ ਆ ਜੂ ਉਹਦੀ ਮਾਂ 40 ਘੁੱਟ ਪੀ ਕੇ ਮੁੜ ਜੂਗੀ ਕਰ ਲਾਂਗੇ ਮੇਰੀ ਗੱਲ ਸੁਣਤੀ ਏ ਉਹਦੀ ਮਾਂ ਨੂੰ ਆ ਹੀ ਲੈਣ ਦੇ ਉਹ ਅੱਜ ਖਰੀਆਂ ਖਰੀਆਂ ਮੈਂ ਸੁਣਾ ਕੇ ਤੋਰੂੰਗੀ ਕਸੂਰ ਤੇਰੀ ਧੀ ਚ ਐ ਸਾਰਾ हां ਕਹਿ ਭਾਈ ਸਾਡੇ ਤਾਂ ਕੋਈ ਸੁੱਤੀ ਪਈ ਨੂੰ ਨਹੀਂ ਠਾਉਂਦਾ ਜਦੋਂ ਜੀ ਕਰਦਾ ਉੱਠ ਕੇ ਕੰਮ ਕਰਦੀ ਹੈਗੀ ਉਹ ਮੱਝਾਂ ਦਾ ਗੋਹਾ ਕਹਿ 12 ਵਜੇ ਤੱਕ ਪਿਆ ਰਹਿੰਦਾਗਾ ਸਿੜਦੀ ਤਾਂ ਉਹ ਨਹੀਂ ਫਿਰ ਜੇ ਕਹਿਣੇ ਅਗਲਾ ਕਹਿੰਦਾ ਉਹੀ ਗੱਲ ਹੈ ਨਾਲ ਗਾਲੀ ਗੱਲ ਕਰ ਦਿੰਦਾ ਅਗਲਾ ਘਰ ਪੱਟੇ ਜੂ ਜਿੱਦੇ ਮਰਜ਼ੀ ਪੱਟੇ ਜੇ ਮੈਂ ਅੱਜ ਤੁਹਾਨੂੰ ਕਹਿਣਾ ਪੈਣੇ ਇਹ ਜਿਹੇ ਦੀ ਮਾਂ ਆ ਕੇ ਮੁੜ ਜੇ ਮਾਫੀਆਂ ਮੰਗ ਮੰਗ ਲੂ ਮੇਰੇ ਦੇ ਮੂਰੇ 10 ਦਿਨਾਂ ਤੱਕ ਘਰ ਉਜੜੂ ਜੜੂ ਆ ਚੱਲ ਕਾਣੂ ਇਹ ਜੀ ਗੱਲਾਂ ਬੋਲਦਾ ਮੇਰੀ ਗੱਲ ਸੁਣ ਚੱਲ ਕੋਈ ਨਹੀਂ ਜੇ ਤੈਨੂੰ ਇੱਥੇ ਦੇਖ ਲਿਆ ਇਹ ਨਹੀਂ ਪਤਾ ਇੱਥੇ ਫੇਰ ਆ ਜੇ ਤੇਰੇ ਮਗਰ ਫਾਂਚੋ ਜੀ ਸਾਰਾ ਦਿਨ ਤੇਰੇ ਪਿੱਛੇ ਕਰਦੀ ਰਹਿੰਦੀ ਤੂੰ ਜਾ ਕਰੇ ਜਦੋਂ ਆ ਗਈ ਵਾਸੀ ਸਾਨੂੰ ਆਵਾਜ਼ ਮਾਰਦੀ ਸੀ ਆ ਜਾ ਭਾਗ ਜਾ ਪੁੱਤ ਬਣ ਕੇ ਹੋਰ ਜੇ ਚਾਹ ਚੂ ਪੀਣੀਆਂ ਦੱਸ ਦੇ ਦੇ ਚਾਹ ਤਾਂ ਬਸ ਪੈਣੇ ਚਾਹ ਤਾਂ ਉਹ ਗੱਲਾਂ ਬਾਪੂ ਨੂੰ ਮੜਾ ਤਾਂ ਹੀ ਸਮਝਾ ਦੀ ਮਾਣਾ ਮੋਟਾ ਕਹਦੇ ਤੂੰ ਅੱਜ ਦਾ ਪੱਖ ਲਈ ਨਾ ਕੱਲੇ ਮੇਰੇ ਸਾਹਮਣੇ ਉਹਦੇ ਮੇਰੇ ਲੱਪਣ ਮਾਰਿਆ ਬਾਪੂ ਨੂੰ ਦੇ ਸਾਹਮਣੇ ਫਿਰ ਅਗਲੀ ਕਿਸੋ ਚੁਕਾ ਦੂੰ ਆਪਣੇ ਚੱਕੂ ਵੀ ਪੈਣੇ ਤੂੰ ਕੋਈ ਨਹੀਂ ਫਿਕਰ ਨਾ ਕਰ ਕੋਈ ਨਹੀਂ ਚਾਚੇ ਨਾਲ ਤਾਂ ਬਾਅਦ ਚ ਗੱਲ ਕਰਾਂਗੇ ਪਹਿਲਾਂ ਤੇਰੇ ਸੱਸ ਨੂੰ ਆ ਜਾਂਦੇ ਉਹਦੇ ਨਾਲ ਕਰਦੇ ਆ ਗੱਲ ਕਰੀਆਂ ਮੈਂ ਕਿਤੇ ਜਾਂਦੀ ਚੱਲ ਮੜੇ ਇੱਥੇ ਰਹਿ ਤੂੰ ਆਈ ਤੂੰ ਬਾਗ ਨਾ ਜਾਂਦਾ ਕੋਈ ਨਹੀਂ ਮੈਂ ਕਿੱਥੇ ਜਾਣਾ ਕਿਤੇ ਨਹੀਂ ਜਾਣਾ ਜਾ ਮੈਂ ਇੱਥੇ ਹੀ ਲਿਉਂ ਫਿਰ ਕੋਈ ਨਹੀਂ ਕਿਤੇ ਬਾਅਦ ਚ ਬਾਗ ਜਾ ਕੋਈ ਨਾ ਪੁੱਤ ਬਣ ਕੇ ਹੋਰ ਮਾਮਾ ਕਿਵੇਂ ਆ ਠੀਕ ਆ ਮਾਮਾ ਦਾ
ले दस एवी दी जवाक की करे है जिद्दे दी आई है ना जैपटी ने ते जिंदगी बदीन कर रखी है। सही गल है मां तेरी हुन फिर कीता भी की जावे कुछ नहीं कर सकदे आपां ता चल जद ओदी मां आ गई आपां भग जांगे। ਪਹਿਣਿਆ ਕੀ ਹਰਜੀਤ ਬੜਬੜ ਕਰਦਾ ਜਾਂਦਾ ਸੀ ਬਾਹਰ ਨੂੰ ਨੀ ਰੋਂਦਾ ਆਪਦੇ ਕਰਮਾਂ ਨੂੰ ਉਹ ਡਿੰਪਲ ਫੇਰ ਕਲੇਸ ਪਾਈ ਬੈਠੀ ਆ ਉਹਦੇ ਨਾਲ ਆ ਲੈ ਦੇਖ ਲੈ ਤੁਹਾਡੀ ਬਹੂ ਤਾਂ ਬਾਲੀ ਤੇਜ ਹੈ ਤੇ ਮੁੰਡਾ ਤੁਹਾਡਾ ਸਰੀਪ ਹੈਗਾ ਪਤਾ ਨਹੀਂ ਕਿੱਥੋਂ ਤੁਸੀਂ ਤਾਂ ਸੇੜ ਰੱਖੀ ਹੈ ਉਹਦੀ ਉਹ ਗੱਲ ਹੈ ਕਿ ਜਿੱਡੀ ਨਿੱਕੀ ਓਡੀ ਤਿੱਖੀ ਲੈ ਦੱਸ ਹੋਰ ਮੈਂ ਤਾਂ ਹੀ ਕਹਿੰਨੀ ਕਿ ਤੁਹਾਡੇ ਮਨ ਚੋਂ ਪਤਾ ਨਹੀਂ ਭਾਈ ਗੱਲ ਗਈ ਹੈ ਕਿ ਨਹੀਂ ਗਈ ਮੇਰੇ ਮਨ ਚੋਂ ਤਾਂ ਨਹੀਂ ਜਮਾ ਗਈ ਟਿੱਕੇ ਵਾਲੀ ਵੀ ਉਹਦੇ ਕੋਲ ਹੀ ਹੈ ਟਿੱਕਾ ਉਹ ਮਾਮੀ ਕਰਨੀਆਂ ਭਰਨੀਆਂ ਇੱਥੇ ਨੇ ਭਾਬੀ ਨੇ ਟਿੱਕਾ ਲਗੋ ਕੇ ਕਿਹੜਾ ਪਾਰ ਲੰਘ ਜੂਗੀ ਜੇ ਅਸੀਂ ਨਹੀਂ ਦੇਖਿਓ ਵੈਗਰੂ ਨੇ ਤਾਂ ਦੇਖਿਆ ਨਾ ਇੱਕ ਨਾ ਇੱਕ ਦਿਨ ਕੋਈ ਨਾ ਗੱਲ ਤਾਂ ਨਿਕਲ ਹੀ ਆਉਂਦੀ ਹੁੰਦੀ ਆ ਗੱਲ ਤਾਂ ਐ ਜੀਣਾ ਹਰਾਮ ਵਿਚਾਰੇ ਹਰਜੀਤ ਦਾ ਕਰ ਰੱਖਿਆਗਾ ਬਿਨ ਮਤ ਵਾਲਾ ਹੋਰ ਐਡਾ ਸ਼ਰੀਫ ਮੁੰਡਾ ਹੈਗਾ ਤੁਸੀਂ ਸਿਰ ਚੜਾ ਰੱਖੀ ਆ ਬਾਲੀ ਉਹ ਸਿਰ ਚੜਾ ਹੁੰਦਾ ਹਜੇ ਕੁਝ ਵੀ ਨਹੀਂ ਮੈਂ ਤਾਂ ਉਹਨਾਂ ਦੇ ਮਾਂ ਘਰੇ ਵੀ ਨਹੀਂ ਗਈ ਸੀ ਕੱਲ ਵੀ ਕੋਈ ਮੈਂ ਘਰੇ ਗਈ ਹਾਂ ਮਰਜੀਤ ਨੂੰ ਸੱਦਣ ਅੱਜ ਤਾਂ ਮੈਂ ਘਰੇ ਹੀ ਗੱਲ ਕਰੀ ਜਾਂਦੀ ਸੋ ਤਾਂ ਪਹਿਲਾਂ ਹੀ ਆ ਗੜਕੀ ਇੱਥੇ ਹੀ ਸੁਣ ਲਿਆ ਉਹਦੇ ਤਾਂ ਉਹਦੀ ਅੱਗ ਲੱਗ ਗਈ ਵੀ ਉੱਥੇ ਲੈ ਨਾ ਜਾਵੇ ਕਿਤੇ ਉਹਨੂੰ ਨਾਲ ਹੋਰ ਪਹਿਲਾਂ ਹੀ ਜਾਨਸਾਰ ਕਲੇਸ ਪਾਲਿਆ ਸੀ ਚੱਲ ਛੱਡ ਪਰੇ ਉਹ ਦੱਸ ਤੂੰ ਗੱਲ ਹੋ ਗਈ ਸੀ ਕੀ ਗੱਬਣਿਆ ਉਧਰ ਉਧਰ ਤਾਂ ਮਾਮੇ ਇੰਟਰਵਿਊ ਦੇਣ ਗਈ ਸੀ ਮੈਂ ਵਧੀਆ ਹੋ ਗਈ ਸੀ ਚੱਲ ਕੋਈ ਗੱਲ ਨਹੀਂ ਗੱਲ ਕਰਾਂ ਕੰਜਰ ਕਲੇਸ ਦਾ ਨਾ ਫਿਰ ਵਹਿਮ ਰਹਿੰਦਾ ਹੁੰਦਾ ਮਾ ਚੇਤੇ ਚ ਕੋਈ ਨਹੀਂ ਪੁੱਤਰ ਆ ਬਾਪੀ ਭਲੀ ਕਰੂਗੀ ਜੇ ਮੇਰੀ ਗੱਲ ਸੁਣ ਤੂੰ ਇਹਨੂੰ ਪੂਰਾ ਦਵਾਈ ਦਾ ਦੇ ਟਾਈਮ ਨਾਲ ਖਾਣੇ ਮਸਲੇ ਹਮ ਬਣਾ ਕੇ ਦਵਾਈ ਨਾਲ ਤੇ ਬੋਲ ਨੂਣ ਪਾਣੀ ਨੂਣ ਵਾਲਾ ਚੱਲ ਬਣਾ ਦਿੰਦੀ ਆ ਚਾ ਮਾਮੀ ਮੈਂ ਵੀ ਤੇਰੇ ਨਾਲ ਰਸੋਈ ਚ ਕੰਮ ਕਰਾਉਣੀ ਆ ਚੰਗਾ ਮਾਂ ਬਹਿ ਜਾ ਮਾਮੇ ਨਾ ਮਾਰ ਲੈ ਗੱਲਾਂ ਇੰਨੇ ਉਹ ਆਜ ਕਲੇਸ ਦੀ ਜੜ ਫਿਰ ਜਾਣਾ ਪਊ ਆ ਚੱਲ ਪੁੱਤ ਛੇਤੀ ਬਣਾ ਦਿਓ ਚੰਗਾ ਭੁੱਖ ਲੱਗੀ ਹੋਵੇ ਨਾ जो मेरी मां फिर बोलती बंद हो जाती सारे टब्बर दी बापू तां भज लिया हुण तू भी देख लै किधर नूं निकलना आ मैं आई निकल जूंगा आई घर छड़ के बग जूं तैनूं तां ए वी बग जे मैं घर ते राज कर लां ए नहीं तेरी मन दियां पुगदियां ओ तां तू सोचदा आ वी ए निकल जे घरों मैं नहीं निकलदी हुण तां मैं इसे घर च रहूंगी मैं तां भई सोचदांगा सोचा सोची जा फिर मैं तां शरीका दी हिक ते देखी ऐ दीवा बाल के रहूंगी इत्थी जो करना कर लियो तुसीं आ जाणदे कोई नहीं मेरी मां नूं नाले निकल ही ना इत्थी बैठा रह अज मेरी मां सारियां गल्लां करके जाऊगी ओ फिर आ जाण दे जिहड़ा कल हत्थ चक्किया सी ना मेरे ते कोई गल नहीं पहला भी मैं तेनू माफ करता सी तू फिर ओही गलती कीती है दुबारे मैनू आया है भी तेरी मां तो आउण तो पहला कि मैं उही ने तेरा सिर पाड़दा उही ने सिर पाड़दा कोई नहीं ला फिर हाथ कल तो बच गया सी हुण जे तेरा ना मैं सिर पाड़े फिर देखी गल नहीं बात नहीं सारे पिंड जुलूस कढ़वा के रखता पिंड च तो थोड़ा जुलूस निकलना आई सी जिही जी थोड़ी करतूतां सीगियां ओ करतूतां तेरियां अगे ना कदे निकलिया अगे ना कदे निकले फिर ना ब्याह के लियांदे आई रह लैंदे जहां पता हुंदा तू इहो जिहा मैं तां ओ गल उही ने जांदा सी जे कि मैनू पता हुंदा ना भी थोड़े पल्ले कख नहीं हैगा मैं तो ऊना आउंदी ओ बथेरी बिड़क लैती सी तेरी मां ने सानू नहीं पता लग्गिया सी भी तू इहो जिही हैगी बकवास करी जांदा या किन्नी गल नहीं बात नहीं घर उजाड़ना उसे उजाड़ के रख देंगी मैं कह तू तो टाइम नाल ओ राज दी मां ओ रिया मेरी गल सुन हां आउनी आ चट्टा जवाब है फिर कहना मैं जो बाबा दाव जी पाई फिर कहना माड़े जे सह पे नी महीने भी दिन कोई राय बाड़ी करा गे जे कोई सा जचा तो कुड़ी तोरा गे नहीं भाई सा जवाब ही है ਲੈ ਦੇਖ ਲੈ ਕੀ ਸ਼ਰਮ ਲਾਹੀ ਹੈ ਜਵਾਬ ਹੀ ਹੈ ਜੈ ਵੱਡੀਆਂ ਨੇ ਤਪਾ ਮਾਰੇ ਉਹੀ ਗੱਲ ਕਿੰਨਾ ਟਾਈਮ ਹੋ ਗਿਆ ਉਹਨਾਂ ਦੇ ਮੂੰਹ ਕਨੀ ਚੱਕੀ ਜਾਂਦੇ ਨੂੰ ਐਂ ਤਾਂ ਨਹੀਂ ਲੋਟ ਆਉਣਾ ਢਾਂਚਾ ਮੈਨੂੰ ਤਾਂ ਐਂ ਲੱਗਦਾ ਵੀ ਇੱਕ ਪਾਸਾ ਕਰਦੇ ਉਹਨਾਂ ਨਾਲ ਚਾਰ ਬੰਦੇ ਪੰਚਾਇਤ ਦੇ ਲਿਜਾ ਚਾਹੇ ਥਾਣੇ ਰਿਪੋਰਟ ਲਿਖਿਆ ਵੀ ਭਾਈ ਸਾਡਾ ਮੂੰਹ ਸਿਰ ਕਰੋ ਸਾਡੇ ਜਵਾਕ ਦਾ ਨਾ ਆਹ ਮਰਨ ਵਾਲਾ ਹੋਇਆ ਪਿਆ ਉਹਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੀਵੀਂ ਨੂੰ ਜੋ ਜੇ ਹੋਵੇ ਉਹਨੂੰ ਫਿਰ ਆ ਨਾ ਜਾਵੇ ਪੰਗਾ ਤਾਂ ਇਹਨਾਂ ਗੱਲਾਂ ਦੀ ਹੈ ਮੈਂ ਤਾਂ ਕਹਿੰਦਾ ਬੇਇੱਜ਼ਤੀ ਕਰਾਵਾਂਗੇ ਉੱਥੇ ਜਾ ਕੇ ਜਾਣ ਦਾ ਫਾਇਦਾ ਤਾਂ ਹੈ ਨਹੀਂ ਮੇਰੀ ਗੱਲ ਸੁਣ ਬੇਇੱਜ਼ਤੀ ਤਾਂ ਬੇਇੱਜ਼ਤੀ ਦੇਖੀ ਜਾਊ ਜਿਹੜੀ ਇੱਕ ਵਾਰੀ ਹੋਰ ਹੋ ਜੂ ਹੁਣ ਆਪਾਂ ਨੀਵੇਂ ਨਹੀਂ ਹੁੰਦੇ ਉਹਨਾਂ ਦੇ ਮੂਹਰੇ ਜੇ ਤੁਹਾਡੇ ਨਹੀਂ ਹਾਂਗੇ ਜਮਾਂ ਵੀ ਪੂਰਾ ਖੜਕਾ ਕੇ ਗੱਲ ਕਰਨੀ ਆ ਉਹਨਾਂ ਨਾਲ ਵੀ ਤੋਰਨੀ ਆ ਤਾਂ ਸਿੱਧੀ ਸਾਡੇ ਨਾਲ ਤੋਰ ਦਿਓ ਨਹੀਂ ਤੋਰਨੀ ਆਪਦੀ ਨੂੰ ਰੱਖੋ ਅਸੀਂ ਰੱਜੇ ਤੇ ਹਾਏ ਗੂਠਾ ਲਾ ਦਿਓ ਬਸ ਮੇਰੀ ਗੱਲ ਸੁਣ ਲੈ ਇੱਕ ਦੋ ਵਾਰੀ ਤਾਂ ਮਿੰਟਾਂ ਤਰਲੇ ਕਰਨ ਦਾ ਆਪਣਾ ਫਰਜ਼ ਬਣਦਾ ਹੈ ਕੀ ਆ ਕੋਈ ਆਪਣੇ ਢੰਗ ਲੋਟ ਆ ਜੇ ਭਾਈ ਬਾਲਾ ਉੱਤੋਂ ਹੀ ਨਹੀਂ ਚੜਨ ਲੱਗੀਆਂ ਫਿਰ ਕਹਿ ਦਾਂਗੇ ਉਹਨਾਂ ਨੂੰ ਭਾਈ ਸਾਨੂੰ ਤਾਂ ਤਲਾਕ ਦੇ ਦਿਓ ਬਸ ਹੋਰ ਫਿਰ ਹੁਣ ਕੀ ਕਰਾਂਗੇ
ਇੰਨਾ ਕਿ ਨਿਮੀਦਾ ਤਾਂ ਕਹਿੰਦੇ ਹੁੰਦੇ ਨੇ ਡਾਣਾ ਵੀ ਟੁੱਟ ਜਾਂਦਾ ਹੈ, ਇੰਨਾ ਨਿਮ ਗਏ ਉਹਨਾਂ ਮੂਹਰੇ, ਪੁੱਤ ਵਾਲਾ ਕੋਈ ਨਿਮਦਾ ਦੇਖਿਆ ਇਸ ਲੁੱਟ ਪੈਰੀਆਂ ਥਲਾਉਂਦਾ ਦੇਖਿਆ, ਮੈਂ ਜੈ ਬੱਡੀਆਂ ਦੇ ਹੜ੍ਹ ਕੱਢ ਲਏ, ਬੇਸ਼ਰਮਾਂ ਨੇ ਸ਼ਰਮ ਲਾ ਰੱਖੀ ਹੈ। ਘੱਟ ਤੋਂ ਘੱਟ ਬੰਦਾ ਜਦੋਂ ਰਿਸ਼ਤੇਦਾਰ ਜਾ ਕੇ ਬਹਿੰਦਾ ਹੈ 10-20 ਮਿੰਟ ਬੰਦਾ ਗੱਲ ਹੋਰ ਤਾਂ ਕਰਦਾ, ਤਾਂ ਜਾਣ ਸਾਰ ਮੁੱਦੇ ਉਹ ਚੱਕ ਲੈਂਦੇ ਆ, ਬੰਦਾ ਗੱਲ ਕਿਹੜੇ ਮੂੰਹ ਨਾਲ ਕਰੇ, ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿਸੇ ਗੱਲ ਦੀ। ਉਹ ਡਰ ਨਹੀਂ ਹੈਗਾ ਉਹਨਾਂ ਨੂੰ ਕਿਸੇ ਦਾ, ਜੇ ਤਾਂ ਬੰਦੇ ਦਾ ਡਰ ਹੋਵੇ ਫਿਰ ਤਾਂ ਕਾਹਨੂੰ ਐਂ ਬੋਲਣਾ। ਉਹ ਚਾਚਾ ਸੂਦਾ ਊਂ ਤਾਂ ਆਪਦੇ ਆਣ 'ਚ ਸਿਆਣਾ ਕਹਾਉਂਦਾ ਹੈਗਾ, ਗੱਲ ਉਹ ਵੀ ਉਹਨਾਂ ਦੇ ਮਗਰ ਲਾ ਕੇ, ਉੱਥੇ ਤਾਂ ਆਪਣੇ ਨਾਲ ਤਾਂ ਕਿੰਨੀ ਵਧੀਆ ਰਹਿ ਕਰਕੇ ਮੈਂ ਦੇਖਿਆ ਮਖਲਾ ਦੇਖ ਲਾ, ਇੱਥੇ ਤਾਂ ਆਪਣੇ ਨਾਲ ਹੋ ਰਿਹਾ, ਜਦੋਂ ਉਹਨਾਂ ਕੋਲ ਵਗ ਜਾਂਦਾ ਮਾਵਾਂ ਧੀਆਂ ਕੋਲ, ਉਹ ਪਤਾ ਨਹੀਂ ਤੀਵੀਂ ਜੀ ਨੇ ਉਹਦੇ ਕੀ ਸਿਰ 'ਚ ਪਾ ਰੱਖਿਆ, ਕੀ ਉਹ ਤੋਂ ਡਰਦਾ ਹੈ, ਸਮਝੋ ਬਾਹਰ ਹੈ ਗੱਲ ਉਦੋਂ ਨਾ ਭਾਈ, ਸਾਦਾ ਤਾਂ ਜਵਾਬ ਹੈ, ਜੇ ਜਵਾਬ ਹੈ ਫਿਰ ਪੁੱਤੜੇ ਵਿਆਹੀ ਕਾਹਤੋਂ ਸੀ, ਇਹ ਉਦੋਂ ਰੱਖ ਲੈਂਦੇ, ਸਾਡਾ ਕਿਉਂ ਜਵਾਬ ਕਰੀ ਗੱਲ ਦੀ ਸਾਰੀ ਇਹਦੇ ਕੁੜੀ ਦੇ ਸਿਰ ਤੇ ਰਹਿ ਗਈ, ਅਮਨ ਦੇ ਸਿਰ ਤੇ, ਉਹ ਤਾਂ ਸਾਰੇ ਐਂ ਕਹਿੰਦੇ ਨੇ ਜਿਵੇਂ ਕੁੜੀ ਕਹੂਗੀ ਤਾਂ ਉਵੇਂ ਕਰਾਂਗੇ, ਹੁਣ ਦੱਸ ਕਿਵੇਂ, ਮੁੱਦਾ ਲੋਟਣ ਵਾਲਾ ਤਾਂ ਹੈ ਹੀ ਨਹੀਂ ਇਹ, ਕੁੜੀ ਬਣਾ ਲਈ ਇਹ ਮਹਾਰਾਣੀ, ਇਹਨਾਂ ਨੇ ਉਈ ਗਿੱਦੜਾਂ ਦਾ ਗੂੰ ਪਹਾੜੀ ਚੜਾ ਰੱਖਿਆ ਹੈਗਾ, ਕੁੜੀ ਕਹੂ ਸਾਡੀ। ਚੱਲ ਹੁਣ ਤੂੰ ਬਾਹਲਾ ਹੋ ਕਰੀ ਜਾਂਦੇ, ਇੱਧਰੋਂ ਇਹ ਹੜੇ ਨਹੀਂ ਕੱਢੀਆਂ ਤਾਂ ਮੈਂ ਤਾਂ ਦੇਖ ਲਾਸਟ ਵਾਰ ਜਾਊਂਗਾ, ਜੇ ਤਾਂ ਮੰਨ ਗਈ ਠੀਕ ਆ, ਨਹੀਂ ਮੁੜ ਕੇ ਮੈਂ ਨਹੀਂ ਜਾਂਦਾ, ਜਿਹੜਾ ਕੁਛ ਮਰਜ਼ੀ ਹੋ ਜਾਵੇ ਫਿਰ। ਫਿਰ ਕੀ ਲੋੜ ਆ ਜਾਣ ਦੀ, ਹੁਣ ਤਾਂ ਮੈਂ ਚਿੱਟਾ ਜਵਾਬ ਦੇਵਾਂਗੇ, ਕਹਿ ਦਾਂਗੇ ਵੀ ਆਪਦਾ ਸਮਾਨ ਆ ਚੱਕ ਲਓ, ਅੱਗ ਲੱਗੇ ਪਰ ਸਿੱਖ ਲੱਗੇ ਨੂੰ ਦੇਖ ਦੇਖ ਕੇ ਵੀ ਚੇਮਾ ਹੁੰਦਾ। ਚੱਲ ਫਿਰ ਕਬੇੜਾ ਹੋ ਜੂ, ਆਇਆ ਚੱਲੀਏ ਤੁਰ ਪਏ ਹੁਣ। ਚੱਲ ਵਗ ਚੱਲਦੇ ਮੁੰਡਾ, ਇੱਥੇ ਪਿਆ ਰਹੀ ਚੰਗਾ, ਜਾਈ ਨਾ ਕਿਧਰੇ। ਕੋਈ ਨਹੀਂ ਭਾਈ। ਆਹੋ ਆ ਦੱਸ ਭਾਈ ਕੀ ਗੱਲ ਆ, ਕਿਉਂ ਕੁੜੀ ਨੂੰ ਕੁੱਟ ਦਿੰਦੇ ਹੋ ਤੀਜੇ ਦਿਨ, ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ? ਬੀਬੀ ਮੇਰੀ ਗੱਲ ਸੁਣ ਲਾ, ਮੈਂ ਇਹਦੇ ਹੱਥ ਤੱਕ ਨਹੀਂ ਲਾਇਆ, ਠੀਕ ਹੈ, ਇਹ ਆਪ ਚੰਬਲੀ ਹੈ ਜਿਹੜੇ ਚੱਕ ਕੇ ਤੈਨੂੰ ਫੋਨ ਲਾਤਾ। ਮੇਰੀ ਗੱਲ ਸੁਣ, ਫੋਨ ਚੱਲਦਾ ਸੀ, ਬੰਦ ਨਹੀਂ ਕੀਤਾ, ਮੈਂ ਸਾਰੀਆਂ ਗੱਲਾਂ ਸੁਣ ਲਈਆਂ, ਸ਼ਰਮ ਮੰਨ ਮਾੜੀ ਮੋਟੀ। ਫਿਰ ਮੈਂ ਮਾਰਿਆ ਤਾਂ ਨਹੀਂ ਗਾ, ਇੱਕ ਕਹੀ ਆ, ਇਹ ਤਾਈ ਜੀ ਘਰੇ ਜਾਣ ਤੋਂ ਰੋਕਦੀ ਹੈ, ਫਿਰ ਮੈਂ ਕਿਵੇਂ ਰਹਿ ਪਾ ਉੱਥੇ ਜਾਣ ਕਿ ਨਹੀਂ? ਕਿਉਂ ਡਿੱਪਲ? ਮਾਂ ਮੇਰੀ ਗੱਲ ਸੁਣ ਲਾ, ਮਿੰਟ ਕੁ ਬਾਅਦ ਕਹਿ ਦੂਗਾ ਤਾਈ ਦੇ ਘਰ ਜਾਣਾ, ਰੋਟੀ ਖਾਣੀ ਤਾਈ ਦੇ ਘਰ ਜਾਣਾ, ਪਾਣੀ ਪੀਣਾ ਤਾਈ ਦੇ ਘਰ ਜਾਣਾ, ਕੋਈ ਗੱਲ ਹੁੰਦੀ ਤੇ ਤੁਹਾਡੇ ਘਰੇ ਕੋਈ ਕੰਮ ਨਹੀਂ ਹੁੰਦਾ? ਜਦੋਂ ਘਰੇ ਰੋਟੀਆਂ ਪੱਕਦੀਆਂ ਨੇ ਤੂੰ ਤਾਈ ਦੇ ਘਰੇ ਕੀ ਲੈਣ ਜਾਂਦਾ ਹੁੰਦਾ? ਮੇਰਾ ਤਾਂ ਬਈ ਮੋਹ ਆ, ਮੈਨੂੰ ਤਾਂ ਪਾਲਿਆ ਜਦੋਂ ਦੀ ਮੇਰੀ ਮਾਂ ਮਰੀ ਆ, ਉਹਨਾਂ ਨੇ ਅਗਰ ਰੋਟੀਆਂ ਖਾ ਕੇ ਪਲਿਆਗਾ, ਇਹਨੇ ਤਾਈ ਕਹਿਣ ਲਾਤਾ ਮੈਨੂੰ, ਘਰ ਛੱਡਦੀ ਹੈ ਤਾਈ, ਪਾਲਿਆ ਜਿਹੜਾ ਇਹਨੂੰ ਤਾਈ ਨੇ ਨਾ। ਭਾਈ ਤੂੰ ਸਿਆਣਾ ਬੈਣਾ, ਤੂੰ ਇਹਨੂੰ ਸਮਝਾ ਨਹੀਂ ਸਕਦਾ। ਉਹ ਭਾਈ ਸਾਰਾ ਦਿਨ ਹੀ ਸਮਝਾਈ ਜਾਂਦੇ, ਕਿਹੜਾ ਕੰਜਰ ਮੰਨਦਿਆ ਕਿਸੇ ਦੀ? ਪਹਿਲਾਂ ਕੁੜੀਓ ਤੂੰ ਕਿਉਂ ਝੂਠ ਬੋਲਿਆ ਨਹੀਂ ਆ ਪੁੱਤ, ਮਾਰਿਆ ਤੇਰੇ ਲੱਪੜ, ਮਾਰਨੀ ਨਹੀਂ ਦਿੱਤਾ ਤੈਨੂੰ ਮੈਂ, ਪਹਿਲਾਂ ਇਹਨੂੰ ਮੈਂ ਮਾਰਿਆ ਲੱਪੜ ਦਾਂ। ਬਾਪੂ ਜੀ ਉਹ ਤਾਂ ਚਲੋ ਤੁਹਾਡੀ ਗੱਲ ਠੀਕ ਆ, ਪਰ ਇਹਨੇ ਤਾਈ ਦੇ ਘਰ ਮੇਰੇ ਅੱਡੀ 'ਚ ਪੇੜ ਮਾਰੀ ਆ, ਪਤਾ ਮੁੜ ਕੇ ਦੋਵੇਂ ਦੰਦ ਕੱਢਦੀਆਂ ਸੀ ਕਿਵੇਂ? ਉੱਥੇ ਵੀ ਜਲੂਸ ਕੱਢ ਕੇ ਆਇਓ, ਉੱਥੇ ਫਿਰ ਤਾਂ ਹੀ ਤਾਂ ਇੱਥੇ ਆ ਕੇ ਮੈਨੂੰ ਪੈਂਦਾ ਸੀ ਮਾਰਨ ਨੂੰ। ਫਿਰ ਲੱਪੜ ਕਿਸੇ ਗੱਲ ਤੋਂ ਮਾਰਿਆ ਸੀ, ਕਿਉਂ ਤੂੰ ਉਹਨਾਂ ਨੂੰ ਪੁੱਠੇ ਤਾਂ ਬੋਲਦੀਆਂ ਕਿ ਫਿਰ? ਕੀ ਪੁੱਠਾ ਸਿੱਧਾ ਬੋਲਿਆ ਸੀ, ਉਦੋਂ ਜਿੱਦਾਂ ਮੈਂ ਘਰ ਗਈ ਉਦੋਂ ਮੈਨੂੰ ਤਾਈ ਇੱਕ ਗੱਲ ਗੱਲ ਤੇ ਹੀ ਬੋਲੀ ਗਈ ਹੈ, ਸ਼ਰੀਕ 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 ਹੈ। ਜਦੋਂ ਮੈਨੂੰ ਮੇਰੀ ਗੱਲ ਸੁਣ ਮਾ, ਜਦੋਂ ਮੈਨੂੰ ਇਹ ਗੱਲ ਕਹਿ ਤੀ ਵੀ ਭਾਈ ਉਹਨਾਂ ਦੇ ਘਰ ਜਾਈ ਨਾ, ਉਹ ਆਪਾਂ ਨੂੰ ਗੱਲ ਗੱਲ ਤੇ ਸ਼ਰੀਕ ਕਹਿੰਦੀ ਆ, ਫਿਰ ਉੱਥੇ ਜਾ ਕੇ ਬਕਵਾਸ ਕਰਦਾ, ਫਿਰ ਉਹਨੂੰ ਮੈਂ ਇਹੀ ਕਿਹਾ ਸੀ ਵੀ ਇਹ ਨਹੀਂ ਜਾਂਦਾ ਤੈਨੂੰ ਛੱਡਣ। ਚੁੱਪ ਕਰ, ਮੇਰੀ ਗੱਲ ਸੁਣ, ਜੇ ਤਾਈ ਕੇ ਘਰੇ ਵਗ ਜਾਂਦੇ ਤੇ ਇਹ ਤਾਂ ਤੂੰ ਮੱਚਦਾ ਹੈ, ਤੇ ਤੂੰ ਸਾਰਾ ਦਿਨ ਹੀ ਉਹਨਾਂ ਦੇ ਰਹਿਣਾ ਗਾ, ਤੂੰ ਤੈਨੂੰ ਰੋਟੀਆਂ ਵੀ ਖਾਣ ਨੂੰ ਦਿੰਦੇ ਨੇਗੇ, ਤੈਨੂੰ ਪੈਣ ਨੂੰ ਵੀ ਦਿੰਦੇ, ਤੈਨੂੰ ਬੈਠਣ ਨੂੰ ਵੀ ਦਿੰਦੇ ਆ, ਚੱਕਰ ਹੀ ਉਹ ਦਿੰਦੀ ਆ। ਤੇ ਤਾਈ ਦੀ ਇਹ ਵੀ ਬਣ ਕੇ ਰਹੇ, ਇਹ ਕੁਛ ਉਹ ਗੱਲ ਜਾ ਕੇ ਮੈਂ ਕਿਸੇ ਥੱਲੇ ਲੱਗਾ ਉਹਦੀ ਬਣ ਕੇ ਰਵਾਂ, ਮੈਂ ਆਪਦੇ ਘਰੇ ਬੈਠੀ ਆ ਨਾ। ਮੇਰੀ ਕੁੜੀ ਨੂੰ ਤਾਂ ਉਹ ਚੰਗਾ ਨਹੀਂ ਸਮਝਦੇ, ਤੈਨੂੰ ਚੰਗਾ ਸਮਝਦੇ, ਕੀ ਗੱਲ ਬਈ? ਇਹਦੇ ਕੰਨ ਭਰਦੀ ਹੈ ਸਾਰੀ ਦਿਹਾੜੀ ਤਾਈ, ਪਤਾ ਨਹੀਂ ਇਹਨੂੰ ਕੀ ਸੰਘਾ ਰੱਖਿਆ ਉਹਨੇ। ਮੇਰੀ ਗੱਲ ਸੁਣ, ਪੁੱਤ ਝੂਠ ਨਾ ਬੋਲਿਆ ਕਰ, ਤੈਨੂੰ ਬਿਨਾ ਸਮਝਣ ਤੂੰ 5 ਲੱਖ ਦਾ ਸੋਨਾ ਚੱਕ ਕੇ ਫੜਾਤਾ ਸੀ ਅਗਲੇ ਨੇ। ਕੋਈ ਗੱਲ ਨਹੀਂ ਬਾਪੂ ਜੀ, ਮੈਂ ਫੜਾਤਾ ਸੀ 10 ਦਿਨ ਜਿਹੜਾ ਨੇ ਸੋਨੇ ਦਾ ਟਿੱਕਾ ਕਮਾਇਆ, 1-1.5 ਲੱਖ ਦਾ ਸੀ ਤਾਂ ਫੇਰ ਵੀ ਚੁੱਪਾਂਗੇ? ਮਾਂ ਮੇਰੀ ਗੱਲ ਸੁਣ ਲੈ, ਬਕਵਾਸ ਕਰੀ ਤਾਂ ਫੇਰ ਕੀ ਹੋ ਗਿਆ ਜੇ ਗਮਾਤਾ ਗੁੰਮ ਗਿਆ, ਮੈਂ ਜਾਣ ਕੇ ਨਹੀਂ ਗਮਾਇਆ, ਸਮਝ ਆ ਗਈ? ਨਾਲੇ ਦੂਜੀ ਗੱਲ, ਉਹਨੂੰ ਤਾਂ ਸਾਰੀ ਦਿਹਾੜੀ ਮੈਂ ਕੰਮ ਕਰਦੀ ਸੀ ਰਸੋਈਆਂ 'ਚ ਖੜ ਖੜ ਕੇ, ਕਦੇ ਉਹਨਾਂ ਦਾ ਕੋਈ ਬਿਮਾਰ ਹੋ ਗਿਆ, ਕਦੇ ਕੋਈ ਬਿਮਾਰ ਹੋ ਗਿਆ, ਉਦੋਂ ਉਹਨਾਂ ਨੂੰ ਡਿੰਪਲ ਯਾਦ ਆ ਜਾਂਦੀ ਹੈ, ਡਿੰਪਲ ਆ ਕੇ ਘਰੇ ਕੰਮ ਕਰੇ। ਲੈ ਗੱਲ ਸੁਣ ਪੁੱਤ, ਟਿੱਕਾ ਕਿਹੜਾ ਇਹਨੇ ਲੁਕਾ ਲਿਆ, ਗਮਾਚ ਗਿਆ ਗਮਾਚ ਗਿਆ। ਪਤੀ ਆ ਮਾਂ ਮੈਨੂੰ ਬਸ ਟਿੱਕੇ ਦਾ ਮਾੜੀ ਮੋਟੀ ਸ਼ਰਮ ਮੰਨ, ਘਰੇ ਕੁਛ ਲਿਆ ਕੇ ਨਹੀਂ ਦੇਣਾ, ਤਾਈ ਕੇ ਘਰੇ ਰੋਟੀਆਂ ਖਾਂਦੀ ਹੈ। ਕੀ ਨੀ ਉਹ ਪਿਆ ਸਾਰਾ ਕੁਛ ਭਰਿਆ ਭਾਈ, ਕਿਉਂ ਮਾਰੀ ਜਾਂਦੇ ਤੁਸੀਂ ਬਕਵਾਸ ਵੀ ਰੱਖੋਗੇ, ਬੋਲਦਾ ਗਾ। ਕੋਈ ਗੱਲ ਨੀ ਬਾਪੂ, ਤੁਸੀਂ ਤਾਂ ਮਿੰਟ ਚ ਇਹਦੇ ਨਾਲ ਦੇ ਹੋ ਜਾਂਦੇ, ਤੁਸੀਂ ਚੁੱਪ ਹੀ ਕਰ ਜਾਓ। ਸੱਚੀ ਗੱਲ ਤਾਂ ਕਹੀ ਜਾਓ ਭਾਈ, ਨਾ ਤੇਰੀ ਕਰਾਵਾਂ ਨਾ ਮੈਂ ਇਹਦੀ ਕਰਾਵਾਂ। ਸਿਆਣਾ ਬੇੜਾ ਤੂੰ, ਸੋਚ ਕਰ ਬਣੀ ਮਾੜਾ ਮੋਟਾ, ਘਰ ਜੜ ਕੇ ਰੱਖਤਾ। ਮੈਂ ਤਾਂ ਕਹਿੰਦੀ ਮਾਂ ਉਹਨੂੰ ਦੱਸ ਪਹਿਲਾਂ ਚੰਗੀ ਤਰ੍ਹਾਂ ਪਤਾ ਤਾਈ। ਮੇਰੀ ਗੱਲ ਸੁਣ, ਸਾਰੀ ਕਲਾਂ ਦੀ ਜੜ ਉਹ ਤਾਈ ਹੈ, ਉਹ ਚੱਕ ਦਿੰਦੀ ਹੈ, ਉਸੇ ਨੂੰ ਪੁੱਛਦੇ ਆ ਕੀ ਕਹਿੰਦੀ ਆ ਉਹ, ਤੇ ਕੀ ਕਹਾਉਂਦੀ ਆ ਮੈਥੋਂ। ਸਾਰੀ ਦਿਹਾੜੀ ਉਹਨਾਂ ਦੇ ਪਿੱਛੇ ਪਿੱਛੇ ਫਿਰੀ ਜਾਊਗਾ। ਅਮਨ ਮੈਂ ਤੈਨੂੰ ਛੱਡ ਦਿਆ,
भाई तू भी बोलन लग गया। हां बोलन लगा बुलाऊंगी तुसी। हां कर तू ही पढ़दा। हां पढ़दा कर। चल मैं ताई नु भी सद लेना। कोई नहीं ताई मैं नहीं सद दे पाऊंगी फुल जाके। तू देखी तो सही तू बड़ा के फिरता है नाले सेना बड़ाने। चल के ना ओ बापू तू भाग जा मांगर जा रे क्लेश पवादू जुलूस कर दो सताई करे। ओ मैं दस की करना कहा तेरी ताई आ की देऊ दूध नाल अंडा इना नु आई आ चढ़ी चढ़ाई ला के ऐन का चे जमे हेमा मालनी हुंदी हैगी। जा तू भाग जा बोली ना उते जाके देखी जुलूस कर दी दी करू धरन टिकाने। चल मैं जाना देखदा की कहंदियां ने। कोई ना जा बाला बोलन जान दियां ने इह। लै मां तन्न सवा तन्न हो गए मैं सन्नियां पाया मैं जाके। पुत सारा दिन तेनू ही फिक्र है वेखला कदे सन्निया ला ला कदे गोहा कूड़ा सिटला ओ कदे तेरी मामी तो भी करा लिया कर बुरा काम। नी मां मामी केड़ी है कमांदरे करन वाली एक काम करदी है दूजा खराब कर दिंदी है कड़के देखिया नहीं दलिया ओ लपटैया जा करके तर दिंदी है फिर काम भी वधा आंदी है। मैं तो कहंदी नहीं है की मैं तने पुत आपदे भाई दे मुंह नु चुप करी बैठे नहीं मैनू तो एक चढ़दी एक उतरदी रेख ला आई देखदी भी मेरा बंदा मंजे च पे ते ला किवें टॉर्च की नहीं लाउंदे की कहे नु। नहीं मां टॉर्च की नहीं ता ला ले चार काम धंधे का बंदा हाथ बटा सकता गा मामी नु फिर जे कहने मैनु आएगा भी मामी आए सोचू भी साडे ते वक्त पियागा ते इन्हां नु कम्मा दी होई पई है। फिर पुत मैं ता ही कहने जे वक्त पिया उहनू वक्त नु कट ले उहनू हुण आए ता पता है भी मैं इत्थे कोई इन्हां दी ओह ता नहीं आई भी बैठ के कोई उपर कुड़ी नाल कम्म करा दियां। दस चल कोई नहीं छड्ड मां तैनू पता नहीं। अकल दिमाग नाल काम लै दस मैं कटवा के भला की लेना ए कोई उंगल नहीं लाउंदा है जिवें इहने कहे तां उवें सुनिया सुनाईया तू आ गई। मैं भैन जी सुनिया सुनाईया गल्लां ते नहीं आई नाले थोड़े तो दुख कौन वध जांदा थोड़ी धी भी बार च बैठी आ ना नाले थोड़े कड़े तो लपड़ मारिया सी मेरी धी दे थोनू नहीं पता। तेरी धी दी ना जवान कैंची अंगू चलदी है नाले मेरी धी दे काले मेहने दिने आ साडे अर्गी तां रब किसे ते पावे ना जे सानू इह जे कंजर टक्कर गए तां मेरी धी इत्थे बैठी है होर कोई मैं चा नू नहीं बिठाई तेरी धी नू तां इत्थे कंडे जिन्ना दुख नहीं। अच्छा भैन जी सामने तां कुड़ी कटवाती मेरी हजे कहिंदे कंडे जिन्ना दुख नहीं है। मेरी गल सुन ला जदों तेरी धी जबान बोल दे ना ओदी कहूगी सरीक इह आए तू उन्हां दा गोला धंधा करदा इहनू आए नहीं पता भी जदों इहनां दी मां मुक गई सी इहनां नू मां बन के मैं पालिया सीगा जे इधर आ जांदे आ जवाक फिर असीं सरीक बन गए। मेरी गल सुन ला भैन जी फिर उंगला कदे पास लाउनी आ उहनू मुंडे नू। एक मिनट मासी जी मैं थोड़ी घरे आए दी इज्जत करदी हां उंगला लाउण वाली तां गल आ भाभी मूंह ते बैठी है कि भाभी नू आए पुछ ला जे कदे इहनू बगानी समझिया होवे। मैं दसदी अज असी सरीक किवें अज असी सरीक आए हैं जदों मैं नाल जानी है ना बराबर इहनू सूट दवा के लिआउणी आ जदों इहदा जी करदा गा भी मैनू आह चीज़ चाहीदी है भैणे उह लै दे तां असी सरीक आंगे अज साडे प्यार दा सिला सानू साडी भाभी दे रही हैगी। गल सुन कुड़िए इह मेहणे मारदियां जे दवा लिआउणी आ दवा के लिआ। एक मिनट मासी जी मैं मेहणे नहीं मारदी हैगी जी दुख हुंदा जदों कोई बंदा प्यार करदा गा बहुत दिल दुखदा गा जदों उह आ के बगाना बना दे। मेरी गल सुन ला भैने इन्हें ब्याह लैना सी मेरे कोले आ गई कहदी ओ कि ताई मैनू टूमा चाहीदियां ओदियां अमन दियां टूमा कढ के फड़ातियां ओदे च इक टिक्का सिट्टिया ई दस जे मैं इहनू कहे तां फिर इहने मैनू ओह कुछ सुनाया जिहड़ा रहे रब दा नां थुक दो। मेरी गल आए सुन ला कोई बगाना भला किवें जर लू अगला आपदी सूई गमाची नहीं जरदा असि फिर भी चुप करके मासी की जेफा ने कारना जेफा ने और रब दियां मारां पईयां होईयां ने साडे ते मेरा भरा आ इह कदे मैं बगाना नहीं समझिया इह जेफा सानू। मेरी गल सुन जे तां इह बोलदा कहदूगा ताई के घरे खाने हो मैं तां ताई के घरे जाऊंगा इहनू मैं जान नहीं दिंदा इह गल किधर गई। इह गल झूठा मासी जी आ बैठी है भाभी पुछ इहनू किधे रोके हरजीत ने हरजीत तां सौ कहेगा ते तां भावें लड़दा होवे भी ताई के घरे जाणा गा इहनू नहीं उह रोकदा। कोई नहीं हुण मेरे नाल गल्लां होईयां ने बथेरा कुछ बोलिया। मेरी गल सुन ला ए हरजीत नाल लड़दी है भी तू दिन्ना केड़ा ताई के जाना है ओ तां ओदा मोह प्यार दा मारिया मैं उनू कुत्ता वांगू पालदी आ कदे फर्क नहीं रखदा नाल तां नहीं मोह प्यार है इत्थे बिठाई बैठे रहो कम करन दिया होगी ना तुसी। मासी जी की गल्ला करदे हो 7-8 साल हो गए भाभी नू ब्याही नू अज तक थोनू साडा नहीं पता लग्या कि जां थोड़ी कुड़ी दा नहीं पता जां थोड़े जवाई दा नहीं पता। मेरी गल सुन लो
बापू जी झूठ बोलन का कोई फायदा गा जे उन्होंने थोनू कहा हों पहला साढ़े को आप आते सानू फोन कर दे तेन भाई झूठ लग रहा है आ चिट्टी दाड़ी दी दिंदी नहीं तेन भी झूठ बोलता मैं कामड़ी करती थोड़े स्नेहा ने कद कोई आ गया कद कोई सरपंच आ गया हाले अगे सू आड़ती ने स्नेहा खातर आने बुथ च पड़ती गल जमीन का भी कहता साड़ी चो भी थोड़े ना करवा देंगे सानू जमीन का भी लालच नहीं मुंडा ब्याह लिया किथे गई सी मैं सारी गल करके दस गए गलती भी मन गए हूं ये नहीं गलू दबी एक मिनट बापू जी मैं यकीन कर ला
यही गलती तुसी दोबारे दरहाओ फिर कौन जिम्मेवारी लेंदा थोड़े पिंड चो तोड़ा बंदा नहीं कोई जिम्मेवारी लेंदा आड़ती थोड़ा जिम्मेवारी लेंदा रिश्तेदार थोड़ा जिम्मेवारी नहीं लेंदा किस वास्ते आवां अज तक थोड़ियां आयां दी मैं इज्जत कीती हैगी मेरी गल सुन कुड़िए एड्डी उच्ची आवाज च गल ना करदा इत्थों असीं बेइज्जती कराउण नहीं आई जिम्मेवारी क्यों नहीं लेंदागा सरपंच ने जिम्मेवारी लई है साडी पिंड दा मालक है कोई ਉਹ ਪਿੰਡ ਦਾ ਮਾਲਕ ਹੋਊਗਾ ਕੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਲੈਂਦਾ ਆ ਕੇ ਗਿਆ ਉਹ ਚਾਚੇ ਕੋਲੇ ਜ਼ਿੰਮੇਵਾਰੀ ਉਹ ਕੋਈ ਨਹੀਂ ਲੈਂਦਾ ਤੁਹਾਡੀ ਨਾਲੇ ਮੇਰੀ ਗੱਲ ਸੁਣ ਹੁਣ ਤੇਰੇ ਮੁੰਡੇ ਦੇ ਜਿਹੜੇ ਹਾਲਾਤ ਹੋਏ ਪਏ ਆ ਉਹਨਾਂ ਦਾ ਕਿਹੜਾ ਜ਼ਿੰਮੇਵਾਰ ਬਣ ਜੂ ਉਹਦਾ ਚੱਜ ਦੇ ਸੁਣ ਨਹੀਂ ਜੀ ਕੀ ਸਾਰਾ ਦਿਨ ਤਾਂ ਟੱਕਿਆ ਰਹਿੰਦਾ ਤਲਾਕ ਦੇ ਸਾਈਨ ਕਰੋ ਤੂੰ ਜਿੱਥੇ ਮਰਜ਼ੀ ਕਰਾ ਸੀ ਜਿੱਥੇ ਮਰਜ਼ੀ ਬਈ ਆ ਕੀ ਗੱਲ ਨਹੀਂ ਹੋ ਜਾਊਗਾ ਤਲਾਕ ਹੋਰ ਕਿਵੇਂ ਹੁੰਦਾ ਕੋਈ ਨਹੀਂ ਉਹ ਤੁਹਾਨੂੰ ਦੱਸਾਂਗੇ ਵੀ ਕਿਵੇਂ ਹੁੰਦਾਗਾ ਉਹਦਾ ਸਾਨੂੰ ਪਤਾ ਚੱਲ ਗਿਆ ਹੋਊਗਾ ਨਿਬੜ ਲਾਂਗੇ ਫਿਰ ਨਹੀਂ ਤਲਾਕ ਤਾਂ ਤੁਸੀਂ ਕੀ ਲੈਣਾ ਹੈ ਤੁਸੀਂ ਪਹਿਲਾਂ ਵੀ ਵਿਆਹ ਲਿਆ ਸੀ ਹੁਣ ਵਿਆਹ ਲਓ ਤੁਸੀਂ ਤਲਾਕ ਦੇ ਕੇ ਸਾਡੇ ਵਾਸਤੇ ਤਾਂ ਉਹਦੇ ਨਹੀਂ ਤਲਾਕ ਅਸਾਂ ਤੁਹਾਨੂੰ ਕਹੀ ਨਹੀਂ ਅਸਾਂ ਰੋਕਿਆ ਨਹੀਂ ਤੁਸੀਂ ਤਾਂ ਮੁੰਡਾ ਵਿਆਹ ਕੇ ਵੀ ਜ਼ੋਰ ਲਾ ਲਿਆ ਫਿਰ ਵੀ ਨਹੀਂ ਤਾਂ ਵਸਾਇਆ ਗਿਆ ਫਿਰ ਉਦੋਂ ਨੀਵੇਂ ਹੋ ਜਾਂਦੇ ਮਾਤਾ ਇਹ ਗੱਲ ਚੁਬੂਗੀ ਤੈਨੂੰ ਜ਼ਰੂਰ ਨਾ ਤੇਰੇ ਪੁੱਤ ਦਾ ਘਰ ਤੂੰ ਅੱਜ ਵਸਣ ਦੇਵੇਂ ਨਾ ਵਸਣ ਦੇਵੇਂ ਕੱਲ ਕਿਉਂ ਤੇਰੇ ਵਰਗੀਆਂ ਪੱਲੇ ਪੈ ਜਾਣ ਵਸਣ ਵੀ ਨਹੀਂ ਦਿੰਦੀਆਂ ਆ ਤੇਰੀ ਮਾਂ ਵਰਗੀ ਵਸਣ ਵੀ ਨਹੀਂ ਦਿੰਦੀਆਂ ਗੱਠੀਆਂ ਮੱਤਾਂ ਮੇਰੀ ਗੱਲ ਸੁਣ ਲੈ ਜਿਹੜੀ ਦੂਜੀ ਵਿਆਹ ਕੇ ਲਈ ਸੀ ਨਾ ਹੁਣ ਤੂੰ ਉਹਦੀਆਂ ਮਿੰਤਾ ਕੱਢ ਲੈ ਕੀ ਪਤਾ ਉਹ ਆਜੇ ਮੇਰੀ ਧੀ ਨਹੀਂ ਹੁੰਦੀ ਮੈਂ ਤਾਂ ਚੱਲ ਮਾੜੀ ਸੀ ਮੇਰੀ ਮਾਂ ਵੀ ਮਾੜੀ ਸੀ ਦੂਜੀ ਨਾ ਵਸ ਲੈਂਦੀ ਫਿਰ ਉਹ ਤਾਂ ਤੁਹਾਡੀ ਵੀ ਮਾਂ ਸੀ ਉਹ ਕਿੱਥੋਂ ਵਸ ਲੈ ਅੱਛਾ ਅੱਛਾ ਸਾਰੇ ਮਾੜੇ ਹੋ ਗਏ ਕੱਲੇ ਤੁਸੀਂ ਚੰਗੇ ਹੋ ਗੱਲਾਂ ਦੇਖ ਕਰਦੀ ਇਹਦੇ ਹੀ ਸਾਰੇ ਮੇਰੇ ਮੇੜਾ ਪਰ ਜਬਨ ਮੇੜਾ ਕੀ ਗੱਲ ਹੈ ਆਖਰੀ ਜ਼ਿੰਦਗੀ ਬਰਾਮ ਕੀਤੀ ਹੈ ਅੱਛਾ ਅੱਛਾ ਅੱਜ ਤੇਰੇ ਜਵਾਕ ਦੀ ਜ਼ਿੰਦਗੀ ਬਰਬਾਦ ਹੋ ਗਈ ਮੈਂ ਕਿਸੇ ਦੀ ਜਵਾਕੜੀ ਨਹੀਂ ਮੈਂ ਕਿਸੇ ਦੀ ਧੀ ਨਹੀਂ ਜਾਂ ਮੈਂ ਕਿਸੇ ਦੀ ਪੁੱਤ ਨਹੀਂ ਫਿਰ ਤੇਰੇ ਸਾਡੇ ਅੰਦਰ ਜਾਣ ਨਹੀਂ ਮੈਂ ਤੇਰੇ ਘਰ ਚ ਫਾਹਾ ਪਾਇਆ ਸੀ ਫਾਹਾ ਪਾਇਆ ਸੀ ਤਾਂ ਤੁਹਾਨੂੰ ਕੁਝ ਕਿਹਾ ਨਹੀਂ ਮੈਂ ਤੁਹਾਡੇ ਘਰੇ ਨਹੀਂ ਆਈ ਮੈਂ ਤੁਹਾਡੇ ਪੰਚਾਇਤ ਲੈ ਕੇ ਸਾਰਾ ਸਮਾਨ ਮੇਰਾ ਤੁਹਾਡੇ ਘਰੇ ਪਿਆ ਚੱਕ ਲੈ ਆਪਣਾ ਸਮਾਨ ਚੱਕ ਲੈ ਕੋਈ ਨਹੀਂ ਲਿਆਵਾਂਗੇ ਚੱਕ ਕੇ ਮਾਤਾ ਤੂੰ ਉਹ ਦਿਨ ਦੀ ਵੇਟ ਕਰ ਬਹੁਤ ਬੇਸਬਰੀ ਨਾਲ ਇੰਤਜ਼ਾਰ ਆ ਮੈਨੂੰ ਮੈਂ ਲੈ ਕੇ ਆਉਂਗੀ ਤੈਨੂੰ ਦੱਸ ਕੇ ਉਹ ਸਮਾਨ ਚੱਕੀ ਲੈ ਕੇ ਮੈਂ ਹੁੰਦਾ ਮੇਰੀ ਗੱਲ ਸੁਣ ਲੈ ਨਾਲੇ ਜਵਾਕ ਦੀ ਤੇਰੇ ਦੀ ਜ਼ਿੰਦਗੀ ਅਸੀਂ ਨਹੀਂ ਬਰਬਾਦ ਕੀਤੀ ਤੂੰ ਮੇਰੀ ਧੀ ਦੀ ਕੀਤੀ ਹੈ ਹਜੇ ਬੋਲਣ ਨੂੰ ਮਰਦੀ ਹੈ ਕੀ ਕਰਤਾ ਇਹਦਾ ਪ੍ਰਾਣ ਹਾਂ ਖਾ ਖਾ ਇਹ ਜੀ ਹੋ ਰਹੀ ਹੈ ਕਿ ਕੀ ਗੱਲ ਹੈ ਮੈਂ ਤੁਹਾਡੇ ਘਰੇ ਖਾਂਦੀ ਨਹੀਂ ਆ ਖਾ ਕੇ ਆਈ ਨਹੀਂ ਬਥੇਰਾ ਕੋਈ ਗੱਲ ਨਹੀਂ ਤੂੰ ਮੰਗਾ ਖਾਂਦੀ ਸੀ ਖਾਂਦੀ ਸੀ ਫਰੂਟ ਮੰਗਾ ਮੰਗਾ ਆਪਦਾ ਮੁੰਡੇ ਹੀ ਸਾਹਮਣੇ ਬਣੇ ਤੇ ਮੇਰੀ ਗੱਲ ਸੁਣ ਹੁਣ ਤੂੰ ਆਦੇ ਮੁੰਡੇ ਨੂੰ ਫਰੂਟ ਖਵਾ ਲਾ ਉਹ ਕੇ ਦਰਮਾਂ ਤੇ ਲਾਇਆ ਉਹ ਕੇ ਦਰਮਾਂ ਤੇ ਲਾਇਆ ਕਰਕੇ ਲੱਗੇ ਹਾਂ ਇਹਦਾ ਕਰਕੇ ਮੇਰਾ ਕਰਕੇ ਲੱਗ ਪਾਇਆ ਤਾਂ ਇੱਕ ਮਿੰਟ ਮੇਰਾ ਕਰਕੇ ਲੱਗਿਆ ਹੁੰਦਾ ਦਰਮਾਂ ਤੇ ਦੂਜਾ ਵਿਆਹ ਨਾ ਕਰਾਉਂਦੀ ਉਹ ਜੇ ਤੇਰੇ ਮੁੰਡੇ ਦੀਆਂ ਫੁੱਟੀਆਂ ਸੀ ਜਿੱਦੇ ਦੂਜੀ ਵਾਰ ਲਾਵਾ ਲੈਣ ਬਹਿ ਗਿਆ ਗੱਲ ਸੁਣ ਲੈ ਇਹਦੇ ਕਰਕੇ ਨਹੀਂ ਲੱਗਿਆ ਆ ਜਿਹੜੇ ਤੈਂ ਸਿਆਪੇ ਪਾਏ ਨਾ ਤੇਰੇ ਕਰਕੇ ਲੱਗਿਆ ਸਾਰਾ ਤੇਰਾ ਘਰ ਪੱਟੇ ਤੇਰੇ ਪੈਰੋਂ ਗਏ ਆਹੋ ਤੇਰੇ ਵਰਗੀਆਂ ਮਾਵਾਂ ਤੋਂ ਤਾਂ ਅਗਲਾ ਤੌਬਾ ਤੌਬਾ ਕਰਦਾ ਵੀ ਇਹੋ ਜੀ ਮਾਂ ਦਾ ਹੋ ਵੀ ਨਾ ਜਿਹੜੀ ਪੁੱਤ ਦਾ ਘਰ ਆਪ ਪਟ ਗਿਆ ਹੁਣ ਆਪਦੀਆਂ ਕਰਨਾ ਆਪ ਭੁਗਤੇਗੀ ਸਾਰਾ ਨਰਕ ਸੁਰਗ ਇੱਥੇ ਹੈ ਜਿੰਨੀਆਂ ਤੁਸੀਂ ਸਾਡੇ ਨਾਲ ਕੀਤੀਆਂ ਨੇਗੀਆਂ ਜੇ ਤੁਹਾਡੀਆਂ ਨੱਕ ਨਾਲ ਲਖੀਰਾਂ ਰੱਬ ਨੇ ਨਾ ਕਢਾਈਆਂ ਤਾਂ ਸਾਡਾ ਨਾਂ ਬਦਲਾ ਦੀ ਬਹੁਤ ਇੱਜ਼ਤ ਕੀਤੀ ਸੀ ਤੂੰ ਕਿਹੜਾ ਰੱਬ ਨੂੰ ਮਿਲ ਕੇ ਆਈਆਂ ਤੇਰੇ ਨਾਲ ਖਬਰ ਕਿੰਨੀਆਂ ਖਬਾਨੀਆਂ ਜਿਹੜੇ ਸਾਡੀ ਜਾਨ ਤੜਫਾਉਂਦੀਆਂ ਕੋਈ ਗੱਲ ਨਹੀਂ ਰੱਬ ਨਾਲ ਤਾਂ ਕੋਈ ਵੀ ਨਹੀਂ ਮਿਲ ਕੇ ਆਇਆ ਹੁੰਦਾ ਮਾਤਾ ਮੇਰੀ ਧੀ ਦਾ ਸਬਰ ਪਊ ਤੁਹਾਡੇ ਤੇ ਤੈਨੂੰ ਲੱਗਦਾ ਮੈਂ ਤਾਂ ਤੁਹਾਨੂੰ ਕੁਝ ਕਹੀ ਨਹੀਂ ਸੀ ਹਾਂ ਇਹ ਤਾਂ ਕੀ ਪਤਾ ਕਿਹਦਾ ਸਬਰ ਪਊ ਕਿਸੇ ਤੇ ਹਾਂ ਇਹ ਨਹੀਂ ਪਤਾ ਸਾਡਾ ਤੇਰੇ ਤੇ ਪੈ ਜੀ ਕੋਈ ਗੱਲ ਨਹੀਂ ਕਿਉਂ ਪਵੇ ਇਹਨਾਂ ਦਾ ਮੱਥਾ ਮਾਰਨ ਦਾ ਕੋਈ ਫਾਇਦਾ ਆਓ ਪਿਆਰਾ ਜਾ ਨਹੀਂ ਜਾਵਾਂਗੇ ਦੀਨਾ ਪਈ ਸਭ ਹਾਂ ਬਸ ਦੀਨਾ ਤਾਂ ਜਾਓ ਚਲ ਹੁਣ ਅੱਜ ਤੋਂ ਬਾਅਦ ਆਉਣਾ ਵੀ ਨਹੀਂ ਬਹੁਤ ਚਲਾਕ ਦੀ ਨੀ ਤਾਹੀ ਤਾਂ ਮੈਂ ਅੱਜ ਮੈਂ ਬੋਲੀ ਆ ਮੈਂ ਹਰ ਵਾਰੀ ਇਹਨਾਂ ਦੀ ਇੱਜ਼ਤ ਕਰਦੀਆਂ ਆਇਆਂ ਦੀ ਇਹ ਤੇਰੇ ਚਾਚੇ ਵਰਗਿਆਂ ਨੇ ਚੜਾ ਰੱਖੇ ਨੇ ਸਿਰ ਨਹੀਂ ਮਾ ਚਾਚੇ ਵਰਗਿਆਂ ਨੇ ਨਹੀਂ ਚਾਚੇ ਵਰਗਿਆਂ ਨੇ ਸਿਰ ਨਹੀਂ ਚੜਾਏ ਇਹ ਹਈ ਬੰਦੇ ਵੇ ਪਰ ਮੇਰੀ ਗੱਲ ਸੁਣ ਪੁੱਤ ਤਾਂ ਹੀ ਤਾਂ ਕਹਿੰਦੀ ਸੀ ਮੈਨੂੰ ਤੁਹਾਡੇ 20 ਨੇ ਇਹ ਗਏ ਨੇ ਮਾਂ ਅਗਲਾ ਜਾਣ ਕੇ ਕਲੇਸ਼ ਪਾਉਣ ਆਉਂਦਾ ਹੁੰਦਾ ਉਹ ਉੱਥੇ ਉਹਨਾਂ ਨੂੰ ਤੈਨੂੰ ਦੇਖਿਆ ਨਹੀਂ ਭਾਬੀ ਐਂ ਜੇ ਕਰਕੇ ਗਈ ਸੀ ਇਹਨਾਂ ਨਾਲ ਅਗਲਾ ਮਿੰਟ 'ਚ ਗੱਲ ਬਣਾ ਕੇ ਕਹਿ ਜਾਂਦਾਗਾ ਨਹੀਂ ਕੀ ਪਤਾ ਨਾਲੇ ਉਹਨੇ ਵੀ ਇਹਨਾਂ ਨੂੰ ਫੋਨ ਤੇ ਖਬਰ ਹੈ ਕੀ ਕਹਿੰਦੀ ਹੋਵੇ ਆਪਾਂ ਨੂੰ ਉਹਦਾ ਵੀ ਪਤਾ ਹੀ ਹੈ ਮਾਂ ਨਹੀਂ ਕੋਈ ਗੱਲ ਨਹੀਂ ਐਡਾ ਵੀ ਕੋਈ ਮਾੜਾ ਨਹੀਂ ਹਰਜੀਤ ਤੇ ਚਾਚਾ ਮੇਰਾ ਮਾੜਾ ਨਹੀਂ ਸੋਚਦੇ ਹੈਗੇ ਗੱਲ ਕਰ ਇਹ ਬਹੁਤ ਹੈ ਇਹ ਦੇਖ ਕੇ ਦਾਜ ਲਾ ਗਈ ਚਲ ਮੇਰੀ ਗੱਲ ਸੁਣ ਲੈ ਪੁੱਤ ਹੁਣ ਤੂੰ ਲਖੀਰੀ ਖਿੱਚਦੇ ਆਪਾਂ ਉਹਦੀ ਦੇਣੀ ਚੜਨਾ ਨਹੀਂ ਮਾਂ ਦੇਖ ਲਾ ਕਿੰਨਾ ਰੋਲਾ ਪੈਂਦਾ ਹੈ ਇਹਨਾਂ ਦੇ ਘਰੇ ਫਿਰ ਉਹੀ ਗੱਲ ਹੈ ਜਿਹੋ ਜਿਹਾ ਕਰਦੀਆਂ ਨੇ ਉਹ ਜਿਹਾ ਭਰਦੀਆਂ ਨੇ ਹਾਂ ਪੁੱਤ ਇੱਥੇ ਹੀ ਆ ਸਾਰਾ ਕਰਨ ਭਰਨ ਮਾਂ ਮੇਰੀ ਗੱਲ ਸੁਣ ਵੈਸੇ ਇੱਕ ਗੱਲ ਤਾਂ ਐ ਮੈਂ ਤਾਂ ਅੱਜ ਇਹਨਾਂ ਨਾਲ ਉਹੀ ਲੜਤੀ ਅੱਜ ਤਾਂ ਨਜ਼ਾਰਾ ਬਥੇਰਾ ਆਉਣਾ ਸੀ ਉੱਥੇ ਇਹਨਾਂ ਦਾ ਕਲੇਸ਼ ਦੇਖ ਕੇ ਤੂੰ ਤਾਂ ਕਮਲੀ ਆ ਐਵੇਂ ਲੜ ਪੈਂਦੀ ਨਾਲੇ ਤੈਨੂੰ 10,000-20,000 ਮੰਗਿਆ ਮਿਲਦਾ ਗਾ ਤੂੰ ਕਾਹਤੋਂ ਉਹਨਾਂ ਨਾਲ ਕਲੇਸ਼ ਕਰਦੀਆਂ ਇਹ ਤਾਂ ਤੇਰੇ ਨਾਲ ਕਰਦਾ ਕਰਦਾ ਗਾ ਤੂੰ ਉਹਨਾਂ ਨਾਲ ਨਾ ਕਰਿਆ ਕਰ ਮਿੱਠੀ ਰਿਹਾ ਕਰ ਨਾਲੇ ਤਾਂ ਉਹਨਾਂ ਦਾ ਤਮਾਸਾ ਦੇਖਿਆ ਕਰ ਨਾਲੇ ਉਹਨਾਂ ਤੋਂ ਲੈ ਕੇ ਆਇਆ ਕਰ ਸਹੀ ਗੱਲ ਆ ਮਾਂ ਇਹ ਤਾਂ ਨਾ ਬਸ ਇਹਨੇ ਮੈਨੂੰ ਖਿਜਾਤਾ ਸੀਗਾ ਖਿਜੀ ਖਿਜੀ 'ਚ ਫਿਰ ਮੈਂ ਉਹਨਾਂ ਨਾਲ ਲੜ ਪੈਂਦੀ ਹੁੰਦੀ ਹਾਂ ਪਰ ਕੋਈ ਗੱਲ ਨਹੀਂ
ਤੂੰ ਤਾਂ ਮੈਂ ਕੱਲ ਨੂੰ ਜਾਂਦੀ ਹੋਈ ਕਹਿ ਵੀ ਜਾਊਂਗੀ। ਹਾਂ ਮਾਂ ਤੂੰ ਇੱਕ ਵਾਰੀ ਪਿਆਰ ਜੇ ਨਾ ਗੱਲਾਂ ਕਰ ਜੀ, ਪਤਾ ਕੀ ਆ ਫਿਰ ਉਹ ਕਹਿਣਗੇ ਇਹਦੀ ਮਾਂ ਨੂੰ ਵੀ ਬਥੇਰਾ ਬੋਲਿਆ ਸੀਗਾ ਤੇ ਮਾਂ ਮੇਰੀ ਗੱਲ ਸੁਣ, ਜਿਹੜੇ ਟਿੱਕੇ ਦੀ ਗੱਲ ਕਰਦੀਆਂ ਸੀ ਨਾ ਉਹ ਟਿੱਕਾ ਗੁੰਮ ਨਹੀਂ ਹੋਇਆ ਸੀਗਾ, ਉਹ ਟਿੱਕਾ ਤਾਂ ਮੈਂ ਲੁਕਾ ਲਿਆ ਸੀ, ਮੈਂ ਹਰਜੀਤ ਨੂੰ ਮੇਰੇ ਨਾਲੇ ਦੱਸਿਆ। ਹੋਰ ਬਹੁਤ ਚਲਾ ਕੇ ਨਿਕਲੀ ਨਾਲੇ, ਪਤਾ ਕੀ ਕਰੀ ਮਾਂ ਮੇਰੀ ਗੱਲ ਸੁਣ, ਜਦੋਂ ਤੜਕੇ ਜਾਏਂਗੀ ਟਿੱਕਾ ਲੈ ਜੀ ਤੇ ਮੈਨੂੰ ਉਹਦੇ ਕਾਂਟੇ ਕਰਾ ਕੇ ਦੇ ਦੀ, ਮੈਂ ਆਪਣੇ ਵਾਲੇ ਸੁਨਿਆਰੇ ਨੂੰ ਨਾ ਉਹ ਡਿਜ਼ਾਈਨ ਭੇਜ ਦੂੰਗੀ। ਚੰਗਾ ਚੰਗਾ ਧੀਏ, ਨਾਲੇ ਪਤਾ ਕੀ ਆ, ਨਾਲੇ ਫਿਰ ਤੇਰਾ ਨਾਮ ਹੋ ਜੂਗਾ, ਨਾਲੇ ਇਹਨੂੰ ਹਰਜੀਤ ਦੇ ਬੱਚੇ ਨੂੰ ਦੱਸੂਗੀ ਚੰਗੀ ਤਰ੍ਹਾਂ। ਹਾਂ ਤੈਨੂੰ ਦੱਸੂਗੀ, ਦੇਖ ਮੇਰੀ ਮਾਂ ਨੇ ਕਿੰਨਾ ਕੁਛ ਮੈਨੂੰ ਕਰਕੇ ਦਿੱਤਾ, ਤੂੰ ਤਾਂ ਮੇਰੇ ਕੰਨ ਵੀ ਨਹੀਂ ਸੀ ਢੱਕੇ। ਦੇਖ ਲੈ ਹੁਣ ਪਤਾ ਨਹੀਂ ਕਿੱਧਰ ਨੂੰ ਗਿਆ, ਮੱਝਾਂ ਰਿੰਗੀ ਜਾਂਦੀਆਂ ਨੇ। ਹੋਰ ਮਾਂ ਫਿਰ ਕੋਈ ਕੰਮ ਨਹੀਂ ਕਰਦਾ, ਸਾਰਾ ਕੰਮ ਤਾਂ ਮੈਨੂੰ ਕਰਨਾ ਪੈਂਦਾ, ਇਹ ਸਾਰੇ ਕੰਮ ਉਹਨਾਂ ਦੇ ਕਰਦਾ ਆ, ਘਰੇ ਤਾਂ ਕੋਈ ਕਰਦਾ ਨਹੀਂ। ਕੋਈ ਦਫਾ ਹੋਣ ਤੇ ਕਰੀ ਜਾਣ ਦੇ, ਉਹ ਤੋਂ ਬਰਿਆ ਕੇ ਕਰਾ ਦਿਆ ਕਰ, ਕਹਿ ਦਿਆ ਕਰ ਤਾਈ ਆਹ ਕੰਮ ਨਹੀਂ ਕਰਦਾ, ਇਹ ਆਹ ਨਹੀਂ ਕਰਦਾ, ਨੀਰਾ ਨਹੀਂ ਪਾਉਂਦਾ ਜਾਂ ਧਾਰਾ ਨਹੀਂ ਕੱਢਦਾ, ਐਂ ਜੇ ਕਹਿ ਦਿਆ ਕਰ ਤਾਈ ਪਾਡੀ ਆ ਉਹ। ਤੈਨੂੰ ਪਤਾ ਹੀ ਆ, ਚੱਲ ਬੈਠ ਮਾਂ ਮੈਂ ਤੈਨੂੰ ਚਾਹ ਤੜਕੇ ਦਿੰਦੀ ਹਾਂ। ਚੰਗਾ ਪੁੱਤ। ਹਾਂਜੀ ਸਤਿ ਸ਼੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।